اعوذ باللہ من الشیطان الرجیم بسم اللہ الرحمن الرحیم اگیا حکم اللہ دا سو او شتابی نہ منگو یعنی دین اسلام نے ضرور غالب ہو جانا ہے تے بے ایماناں نے ضرور مار کھانی ہے شتابی کیوں کردے ہو او بے عیب تے اونچا اے اس توں جس نو برابر کردے نے اتارزا اے روح نو فرشتے دے راہن حکم دے کے اپنے ارادے نال جس اُتے چاہے اپنے بندیاں وچوں ਪੈ ਡਰਾ ਉਹ ਜੋ ਕੋਈ ਲਾਇਕ ਪੂਜਾ ਦੇ ਨਹੀਂ ਮੇਰੇ ਬਾਦ ਸੋ ਬੱਚੋ ਮੈਥੋ ਬਣਾਇਆ ਅਸਮਾਨ ਤੇ ਜ਼ਮੀਨ ਤਦਬੀਰ ਨਾਲ ਉਚਾਇਆ ਉਸ ਤੋਂ ਜਿਸ ਨੂੰ ਸ਼ਰੀਕ ਕਰਦੇ ਨੇ ਬਣਾਇਆ ਸੁ ਆਦਮੀ ਨੁਤਫੇ ਦਾ ਫਿਰ ਤਦੋਂ ਹੀ ਉਹ ਝਗੜਾ ਦਾ ਜ਼ਾਹਿਰ ਤੇ ਚੌਖਰ ਪੈਜ ਕੀਤੇ ਸੂ ਤੁਸਾਂ ਲਈ ਉਹਨਾਂ ਵਿੱਚ ਨਿਗ ਤੇ ਕਈ ਫਾਇਦੇ ਤੇ ਉਹਨਾਂ ਵਿੱਚੋਂ ਖਾਂਦੇ ਹੋ ਦੁੱਧ ਤੇ ਗੋਸ਼ਟ ਤੇ ਤੁਸਾਂ ਲਈ ਉਹਨਾਂ ਵਿੱਚ ਜਮਾਲ ਹੈ ਜਦ ਚਾਰ ਕੇ ਲਿਆਉਂਦੇ ਹੋ ਤੇ ਜਦ ਚਾਰਨ ਲਈ ਲੈ ਜਾਂਦੇ ਹੋ ਤੇ ਕਿ ਕੁਦਨੇ ਉਹ ਭਾਰ ਤੁਹਾਡੇ ਉਸ ਸ਼ਹਿਰ ਤੱਕ ਜੋ ਪਹੁੰਚਣਾ ਨਹੀਂ ਸਕੇ ਉਥੇ ਪਰ ਜਾਨਾ ਤੋੜ ਕੇ ਰੱਬ ਤੁਹਾਡਾ ਜ਼ਰੂਰ ਹੀ ਨਿਹਾਇਤ ਰਹਿਮ ਵਾਲਾ ਹੈ ਮਿਹਰਬਾਨ ਤੇ ਪੈਦਾ ਕੀਤੇ ਕੋੜੇ ਤੇ ਖਚਰਾ ਤੇ ਖੋਤੇ ਤਾਂ ਕਿਹੜੋ ਨਾ ਉਥੇ ਤੇ ਉਹ ਤੁਹਾਡੀ ਜ਼ਿੰਦਗੀ ਦੀ ਰੌਣਕ ਬਣਨ ਤੇ ਪੈਦਾ ਕਰਦਾ ਹੈ ਬਹੁਤ ਸਾਰੀਆਂ ਚੀਜ਼ਾਂ ਜੋ ਤੁਸੀਂ ਨਹੀਂ ਜਾਣਦੇ ਤੇ ਅੱਲਾ ਉੱਤੇ ਪਹੁੰਚਦਾ ਹੈ ਦੱਸਣਾ ਸਿੱਧਾ ਰਾਹ ਤੇ ਰਾਹ ਕੋਈ ਉਹਨਾਂ ਵਿੱਚੋਂ ਡਿੰਗਾ ਵੀ ਜੇ ਕਦੇ ਚਾਹਦਾ ਤਾਂ ਰਾਹ ਪਾਉਂਦਾ ਤੁਹਾਨੂੰ ਸਾਰਿਆਂ ਨੂੰ ਉਹ ਹੀ ਏ ਜਿਹਨੂੰ ਤਾਰੇ ਆਸਮਾਨੋਂ ਪਾਣੀ ਤੁਸਾਂ ਲਈ ਉਸ ਵਿੱਚੋਂ ਪੀਂਦੇ ਕੰਮ ਆਉਂਦਾ ਹੈ ਤੇ ਉਸੇ ਤੋਂ ਦਰਖਤ ਨੇ ਜਿਸ ਵਿੱਚ ਚਾਰਦੇ ਉਹ ਜਾਨਵਰ ਆਪਣੇ ਉਗਾਂਦਾ ਹੈ ਤੁਸਾਂ ਲਈ ਉਸ ਨਾਲ ਖੇਤੀ ਤੇ ਜ਼ੈਤੂਨ ਤੇ ਖਜੂਰਾ ਤੇ ਅੰਗੂਰ ਤੇ ਹਰ ਜਿੰਸ ਦੇ ਮੇਵੇ ਇਸ ਵਿੱਚ ਜ਼ਰੂਰੀ ਪਤਾ ਵਾਸਤੇ ਲੋਕਾਂ ਦੇ ਜਿਹੜੇ ਫਿਕਰ ਕਰਦੇ ਨੇ ਤੇ ਕੰਮ ਲਗਾਈ ਤੁਹਾਡੇ ਲਈ ਰਾਤ ਤੇ ਦਿਨ ਤੇ ਸੂਰਜ ਤੇ ਚੰਨ ਤੇ ਤਾਰੇ ਵੀ ਕੰਮ ਲੱਗੇ ਹੋਏ ਨੇ ਉਹਦੇ ਹੁਕਮ ਨਾਲ ਇਸ ਵਿੱਚ ਜ਼ਰੂਰੀ ਪਤਾ ਨੇ ਵਾਸਤੇ ਲੋਕਾਂ ਦੇ ਜਿਹੜੇ ਅਕਲ ਕਰਦੇ ਨੇ ਤੇ ਜੋ ਪੈਦਾ ਕੀਤਾ ਤੂੰ ਤੁਸਾਂ ਦੀ ਜ਼ਮੀਨ ਵਿੱਚ ਇਹ ਚੀਜ਼ਾਂ ਰੰਗ ਬਰੰਗੀ ਇਸ ਵਿੱਚ ਵੀ ਜ਼ਰੂਰ ਹੈ ਪਤਾ ਵਾਸਤੇ ਲੋਕਾਂ ਦੇ ਜਿਹੜੇ ਸੋਚਦੇ ਨੇ ਤੇ ਉਹ ਹੈ ਜਿਹਨੇ ਕੰਮ ਲਗਾਇਆ ਸਮੁੰਦਰ ਨੂੰ ਤਾਂ ਖਾਓ ਉਸ ਵਿੱਚੋਂ ਗੋਸਤ ਤਰੋ ਤਾਜ਼ਾ ਤੇ ਚੀਜ਼ਾਂ ਕਢਾ ਲਓ ਉਸ ਵਿੱਚੋਂ زینت ਦੀਆਂ ਜਿਸ ਨੂੰ ਪਹਿਨ ਦਿਓ ਤੇ ਦੇਖਣਾ ਹੈ ਬੇੜੀਆਂ ਚੀੜੀਆਂ ਜਾਂਦੀਆਂ ਨੇ ਰਾਹ ਉਸ ਵਿੱਚ ਨਾਲੇ ਤਾਂ ਜੋ ਟੁੰਡੋ ਉਸ ਦੇ ਫਜ਼ਲ ਵਿੱਚੋਂ ਰੋਜ਼ੀ ਨਾਲੇ ਤਾਂ ਜੋ ਤੁਸੀਂ ਕਦਰ ਜਾਣੋ ਤੇ ਗੱਡ ਦਿੱਤੇ ਜ਼ਮੀਨ ਵਿੱਚ پہاੜ ਤਾਂ ਹਿੱਲੇ ਨਾ ਨਾਲ ਤੁਹਾਡੇ ਤੇ ਨਹਿਰਾਂ ਤੇ ਰਾਹ ਕੁਦਰਤੀ ਤਾਂ ਤੁਸੀਂ ਹਦਾਇਤ ਪਾਓ ਰੱਖੇ ਪਤੇ ਤੇ ਤਾਰਿਆਂ ਦੀ ਸੀਧ ਨਾਲ ਲੋਕ ਨਾ ਲੱਭਦੇ ਨੇ ਭਲਾ ਫਿਰ ਜਿਹੜਾ ਪੈਦਾ ਕਰਦਾ ਹੈ ਉਹਦੇ ਜਿਹਾ ਹੈ ਜਿਹੜਾ ਨਾ ਪੈਦਾ ਕਰੇ ਫਿਰ ਕਿਉਂ ਮਤ ਨਹੀਂ ਲੈਂਦੇ ਹੋ ਇਹ ਗਿਣਨ ਲੱਗੋ ਨਿਹਮਤ ਅੱਲਾ ਦੀ ਗਿਣ ਨਾ ਸਕੋ ਉਹਨੂੰ ਅੱਲਾ ਜ਼ਰੂਰੀ ਬਖਸ਼ਨਾਰ ਮਿਹਰਬਾਨ ਹੈ ਤੇ ਅੱਲਾ ਜਾਣਦਾ ਜੋ છਪਾਂਦੇ ਹੋ ਤੇ ਜੋ ਜ਼ਾਹਿਰ ਕਰਦੇ ਹੋ ਤੇ ਜਿਨ੍ਹਾਂ ਨੂੰ ਸੱਦਦੇ ਨੇ ਲੋਕ ਸਭਾ ਅੱਲਾ ਦੇ ਉਹ ਕੁਝ ਪੈਦਾ ਨਹੀਂ ਕਰਦੇ ਤੇ ਆ ਪੈਦਾ ਕੀਤੇ ਜਾਂਦੇ ਨੇ ਮੁਰਦੇ ਨੇ ਨਾ ਕਿ ਜਿਉਂਦੇ ਤੇ ਨਹੀਂ ਜਾਣਦੇ ਦੁਬਾਰਾ ਕਦ ਉਠਾਏ ਜਾਣਗੇ ਮਾਬੂਦ ਤੁਹਾਡਾ ਇੱਕੋ ਮਾਬੂਦ ਹੈ ਸੋ ਜਿਹੜੇ ਨਹੀਂ ਮੰਨਦੇ ਆਖਰਤ ਨੂੰ ਦਿਲੋਂ ਉਹਨਾਂ ਦੇ ਕਬੂਲ ਹੀ ਨਹੀਂ ਕਰਦੇ ਤੇ ਉਹ ਜ਼ਰੂਰ ਜ਼ਰੂਰ ਕਰਦੇ ਨੇ ਕੋਈ ਸ਼ੱਕ ਨਹੀਂ ਅੱਲਾ ਜ਼ਰੂਰ ਜਾਣਦਾ ਜੋ ਛਪਾਉਂਦੇ ਨੇ ਕਟੂਤ ਤੇ ਜੋ ਜ਼ਾਹਿਰ ਕਰਦੇ ਨੇ ਉਹਨੂੰ ਜ਼ਰੂਰ ਨਹੀਂ ਪਾਉਂਦੇ غرور ਕਰਨ ਵਾਲੇ ਤੇ ਜਦ ਆਖੀਏ ਉਹਨਾਂ ਨੂੰ ਕੀਏ ਜੋ ਉਤਾਰਿਆ ਰੱਬ ਤੁਹਾਡੇ ਨੇ ਆਖਦੇ ਨੇ ਕਹਾਣੀਆਂ ਨੇ ਪਹਿਲੇ ਆਂਦੀਆਂ ਇਹ ਐਸੀ ਆਖਦੇ ਨੇ ਤਾਂ ਚੁੱਕਣ ਭਾਰ ਆਪਣੇ ਪੂਰੇ ਦਿਨ ਕਿਆਮਤ ਦੇ ਤੇ ਉਹਨਾਂ ਦੇ ਭਾਰਾਂ ਵਿੱਚੋਂ ਵੀ ਜਿਨ੍ਹਾਂ ਦਾ ਰਾਹ ਮਾਰਦੇ ਰਹੇ ਨੇ ਬੇਇਲਮੀ ਦੇ ਤਰ੍ਹਾਂ ਸੁਣ ਲਓ ਕੀ ਬੁਰਾ ਭਾਰ ਹੈ ਜੇ ਚੁੱਕਦੇ ਨੇ ਦਾ ਖੇਡ ਚੁਕੇ ਨੇ ਜਿਹੜੇ ਪਹਿਲੇ ਸਣੇ ਇਹਨਾਂ ਤੋਂ ਫਿਰ ਪਹੁੰਚਿਆ ਅੱਲਾ ਉਹਨਾਂ ਦੇ ਮਕਰ ਦੀ ਇਮਾਰਤ ਉੱਤੇ ਨੀਆਂ ਵੱਲੋਂ ਦੀ ਫਿਰ ਡਿੱਗ ਪਿਆ ਉਹਨਾਂ ਉੱਤੇ ਛੱਤ ਉਹਨਾਂ ਦੇ ਉਤਲੇ ਵੱਲੋਂ ਕਿ ਆਇਆ ਉਹਨਾਂ ਨੂੰ ਅਜ਼ਾਬ ਜਿਹੜੋ ਖਬਰ ਨਹੀਂ ਤਾਂ ਰੱਖਦੇ ਫਿਰ ਦਿਨ ਕਿਆਮਤ ਦੇ ਖਵਾਰ ਕਰੇਗਾ ਉਹਨਾਂ ਨੂੰ ਤੇ ਫਰਮਾਏਗਾ ਦੱਸੋ ਕਿੱਥੇ ਨੇ ਉਹ ਸ਼ਰੀਕ ਮੇਰੇ ਜਿਨ੍ਹਾਂ ਦੇ ਰਾਹ ਵਿੱਚ ਮੁਸਲਮਾਨਾਂ ਨਾਲ ਲੜਦੇ ਹੁੰਦੇ ਸਾਬ ਆਖਣਗੇ ਜਿਨ੍ਹਾਂ ਨੂੰ ਮਿਲਿਆ ਸੀ ਇਲਮ ਦੁਨੀਆ ਵਿੱਚ ਪੰਡੀ ਅੱਜ ਦੇ ਦਿਨ ਤੇ ਬੁਰੀਾਈ ਜ਼ਰੂਰ ਬੇਇਮਾਨਾ ਹੁੰਤੇ ਆ ਹਾਂ ਜਿਨ੍ਹਾਂ ਨੂੰ ਫੌਤ ਕਰਦੇ ਨੇ ਫਰਿਸ਼ਤੇ ਜ਼ੁਲਮ ਕਰਦਿਆਂ ਨੂੰ ਆਪਣੀ ਅਜਾਨਾ ਉੱਤੇ ਤੇ ਲੈ ਮਿਲੇ ਫਰਮਾਬਰਦਾਰੀ ਤੇ ਆਖਿਆ ਨਹੀਂ ਸਾ ਅਸੀਂ ਕਰਦੇ ਕੁਝ ਬੁਰਾ ਕੰਮ ਜਵਾਬ ਮਿਲੇਗਾ ਨਹੀਂ ਕਿਉਂ ਨਹੀਂ ਅੱਲਾ ਜ਼ਰੂਰ ਜਾਣਦਾ ਜੋ ਤੁਸੀਂ ਕਰਦੇ ਸਾਬ ਸੋ ਵੱੜ ਜਾਓ ਦੁਸ਼ਖ ਦੇ ਦਰਵਾਜ਼ਿਆਂ ਵਿੱਚ ਸਦਾ ਰਹਿਣ ਵਾਲੇ ਉਥੇ ਸੋ ਜ਼ਰੂਰ ਕਿਆ ਬੁਰਾਈ ਟਿਕਾਣਾ ਗਰੂਰ ਕਰਨ ਵਾਲਿਆਂ ਦਾ ਆਖਿਆ ਗਿਆ ਬਚਨ ਵਾਲਿਆਂ ਨੂੰ ਕੀ ਹੈ ਜੋ ਤਾਰੇ ਰੱਬ ਤੁਹਾਡੇ ਨੇ ਆਖਿਓ ਨੇ ਭਲਾਈ ਜਿਹਨਾਂ ਨੇਕੀ ਕੀਤੀ ਇਸ ਦੁਨੀਆ ਵਿੱਚ ਉਹਨਾਂ ਲਈ ਨੇਕੀ ਹੈ ਤੇ ਘਰ ਆਖਰੰ ਦਾ ਜ਼ਰੂਰ ਚੰਗਾ ਹੈ ਤੇ ਜ਼ਰੂਰ ਵਾਹ ਵਾਹ ਹੈ ਕਰਨ ਬਚਨ ਵਾਲਿਆਂ ਦਾ ਬ੍ਰਿਸ਼ਟ ਨੇ ਰਹਿਣ ਦੇ ਵੜਨ ਗੇਵੋਨਾ ਵਿੱਚ ਵਗਦੀਆਂ ਨੇ ਹੀਟ ਉਹਨਾਂ ਦੀ ਨਹਿਰਾਂ ਉਹਨਾਂ ਲਈ ਉਥੇ ਜੋ ਚਾਣਗੇ ਇਸੇ ਤਰ੍ਹਾਂ ਬਦਲਾ ਦੇਂਦਾ ਅੱਲਾ ਬਚਨ ਵਾਲਿਆਂ ਨੂੰ ਜਿਨ੍ਹਾਂ ਨੂੰ ਫੌਤ ਕਰਦੇ ਨੇ ਫਰਿਸ਼ਤੇ پاک ਰਹਿੰਦਿਆਂ ਨੂੰ ਆਖਦੇ ਨੇ ਤੁਸੀਂ ਸਲਾਮਤ ਰਹੋ ਚੱਲ ਵੜੋ ਬੈਸਟ ਵਿੱਚ ਬਦਲਦੇ ਉਸ ਜਿੱਥੇ ਤੁਸੀਂ ਕਰਦੇ ਸੋ ਹਬੀਬ ਨਹੀਂ ਉਡੀਕਦੇ ਨੇ ਪਰ ਇਹ ਆਉਣ ਉਹਨਾਂ ਕੋਲ ਫਰਿਸ਼ਤੇ ਯਾ ਆਵੇ ਹੁਕਮ ਰੱਬ ਤੇਰੇ ਦਾ ਐਸੀ ਤਰ੍ਹਾਂ ਕਰ ਗਏ ਨੇ ਜਿਹੜੇ ਪਹਿਲੇ ਸਣ ਇਹਨਾਂ ਦੇ ਤੇ ਨਹੀਂ ਜ਼ੁਲਮ ਕੀਤਾ ਉਹਨਾਂ ਉਤੇ ਅੱਲਾਹ ਨੇ ਪਰ ਆਪਣੇ ਉਤੇ ਖੁਦ ਜ਼ੁਲਮ ਕਰਦੇ ਰਹੇ ਸੰ फेर ਪਹੁੰਚਿਆ ਉਹਨਾਂ ਨੂੰ ਬਬਾਲ ਆਪਣੇ ਕੀਤੇ ਦੀਆਂ ਬੁਰਾਈਆਂ ਦਾ ਤੇ ਕੇਲਿਆ ਉਹਨਾਂ ਨੂੰ ਉਸ ਚੀਜ਼ ਦੀ ਸਦਾ ਨੇ ਜਦੋਂ ਠੱਠਾ ਕਰਦੇ ਹੁੰਦੇ ਸਨ ਤੇ ਆਖਿਆ ਜੇ ਨਸ਼ਰੀਕ ਬਣਾਇਆ ਜੇ ਕਦੇ ਚਾਹਦਾ ਲਾ ਨਾ ਪੁੱਛਦੀ ਅਸੀਂ ਸਵਾਵ ਦੇ ਕਿਸੇ ਚੀਜ਼ ਨੂੰ ਤੇ ਨਾ ਸਾਡੇ ਪਿਓ ਦਾਦੇ ਵੀ ਤੇ ਨਾ ਹਰਾਮ ਬਣਾਦੇ ਅਸੀਂ ਸਵਾਵ ਦੇ ਹੁਕਮ ਦੇ ਕਿਸੇ ਚੀਜ਼ ਨੂੰ ਇਸੇ ਤਰ੍ਹਾਂ ਬਹਾਨੇ ਕਰ ਗਏ ਨੇ ਜਿਹੜੇ ਪਹਿਲੇ ਸਨ ਇਹਨਾਂ ਦੇ ਸੋ ਨਹੀਂ ਪੈਗੰਬਰਾਂ ਦੇ ਜ਼ਿੰਮੇ ਪਰ ਪੈਗਾਮ ਪਹੁੰਚਾਣਾ ਸਾਫ਼ ਧਿਆਨ ਕਰਕੇ ਤੇ ਜ਼ਰੂਰ ਭੇਜਿਆ ਸਾ ਹਰ ਮੁਮਤ ਵਿੱਚ ਪੈਗੰਬਰ ਭਾਈ ਪੂਜੋ ਅੱਲਾ ਨੂੰ ਤੇ ਕਿਨਾਰਾ ਕਰੋ ਝੂਠੇ ਬਾਬੂ ਉੱਥੇ ਫਿਰ ਕਿਸੇ ਨੂੰ ਉਹਨਾਂ ਵਿੱਚੋਂ ਰਾਹ ਪਾਇਆ ਅੱਲਾ ਨੇ ਤੇ ਕਿਸੇ ਉੱਤੇ ਉਹਨਾਂ ਵਿੱਚ ਠੀਕ ਬੈਠੀ ਗੁਮਰਾਹੀ ਸੋ ਫਿਰ ਉਹ ਮੁਲਕ ਵਿੱਚ ਫਿਰ ਵੇਖੋ ਕੀ ਕਰਨ ਆਇਆ ਉਹੜਕ ਚੁਠਾਨ ਵਾਲਿਆਂ ਦਾ ਐ ਹਬੀਬ ਜੇ ਤੂੰ ਹਿਰਸ ਕਰੇ ਉਹਨਾਂ ਨੂੰ ਰਾਹ ਪਾਣ ਦੀ ਤਾਂ ਅੱਲਾ ਜ਼ਰੂਰ ਨਹੀਂ ਰਾਹ ਪਾਉਂਦਾ ਜਿਸ ਨੂੰ ਰਾਹ ਬੁਲਾਏ ਤੇ ਨਹੀਂ ਉਹਨਾਂ ਦਾ ਕੋਈ ਮਦਦਗਾਰਾਂ ਥੀ ਤੇ ਕਸਮ ਖਾਦੀ ਉਹਨੇ ਅੱਲਾ ਦੀ ਪੱਕੀ ਕਸਮਾਂ ਆਪਣੀਆਂ ਦੀ ਪਈ ਨਾ ਉਠਾਏਗਾ ਲੋਹ ਨੂੰ ਜਿਹੜਾ ਮੁਰਦਾ ਏ ਕਿਉਂ ਨਾ ਉਠਾਏਗਾ ਇਹ ਤੇ ਵੈਦਾ ਹੈ ਉਹਦਾ ਸੱਚਾ ਪਰ ਬਹੁਤੇ ਲੋਕ ਨਹੀਂ ਜਾਣਦੇ ਇਹੋ ਜ਼ਰੂਰ ਹੋਏਗਾ ਤਾਂ ਜ਼ਾਹਿਰ ਕਰੇਗਾ ਉਹਨਾਂ ਲਈ ਲੋਹ ਨੂੰ ਜਿਸ ਗੱਲ ਵਿੱਚ ਝਗੜਦੇ ਨੇ ਨਾਲੇ ਤਾਂ ਤੇ ਜਾਣ ਲੈਣ ਜਿਹੜੇ ਬੇਈਮਾਨ ਹੋਏ ਨੇ ਭਈ ਉਹ ਜ਼ਰੂਰ ਝੂਠੇ ਸਨ ਸਾਡਾ ਫਰਮਾਨਾ ਕਿਸੇ ਚੀਜ਼ ਨੂੰ ਜਦ ਅਸੀਂ ਉਹਦਾ ਇਰਾਦਾ ਕਰ ਲਈਏ ਮੇਰਾ ਇਤਨਾ ਹੀ ਹੈ ਜੋ ਆਖਣੇ ਅਸੀਂ ਉਹਨੂੰ ਹੋ ਜਾ ਫਿਰ ਹੋ ਜਾਂਦਾ ਹੈ ਤੇ ਜਿੰਨਾ ਵਤਨ ਛੱਡਿਆ ਅੱਲਾ ਦੇ ਰਾਹ ਵਿੱਚ ਪਿੱਛੇ ਇਸ ਦੇ ਜੀ ਜ਼ੁਲਮ ਉਠਾਇਓ ਨੇ ਜ਼ਰੂਰ ਟਕਾਣਾ ਦੇਾਂਗੇ ਅਸੀਂ ਉਹਨਾਂ ਨੂੰ ਦੁਨੀਆਂ ਵਿੱਚ ਸੋਨਾ ਤੇ ਜ਼ਰੂਰ ਸਵਾਬ ਆਖਰਤ ਦਾ ਬਹੁਤ ਵਧੀਰਾ ਹੈ ਜੇ ਕਦੇ ਹੁੰਦੇ ਜਾਣਦੇ ਜਿੰਨਾ ਸਬਰ ਕੀਤਾ ਤੇ ਜਿਹੜੇ ਆਪਣੇ ਰੱਬੀ ਉੱਤੇ ਭਰੋਸਾ ਕਰਦੇ ਨੇ اے ਹਬੀਬ ਅਸਾਂ ਤੇਰੇ ਤੋਂ ਪਹਿਲੇ ਵੀ ਇਨਸਾਨ ਹੀ ਪੈਗੰਬਰ ਭੇਜੇ ਸਨ ਅਸੀਂ ਉਹਨਾਂ ਵੱਲ ਹੁਕਮ ਪੇਜਨੇ ਸਾਂ ਸਭ ਪੁੱਛ ਲੋ ਯਾਦ ਰੱਖਣ ਵਾਲਿਆਂ ਨੂੰ ਜੇ ਤੁਸੀਂ ਲੋਕ ਨਹੀਂ ਜਾਣਦੇ ਹੋ ਇਹ ਹਦੀਬ ਅਸਾਂ ਤੇਰੇ ਤੋਂ ਪਹਿਲੇ ਵੀ ਇਨਸਾਨ ਹੀ ਪੈਗੰਬਰ ਭੇਜੇ ਸਨ ਅਸੀਂ ਉਹਨਾਂ ਵੱਲ ਹੁਕਮ ਭੇਜਨੇ ਸਾਂ ਸਭ ਪੁੱਛ ਲੋ ਯਾਦ ਰੱਖਣ ਵਾਲਿਆਂ ਨੂੰ ਜੇ ਤੁਸੀਂ ਲੋਕ ਨਹੀਂ ਜਾਣਦੇ ਹੋ ਭੇਜੇ ਨਾਲ ਨਿਸ਼ਾਨੀਆਂ ਤੇ ਕਿਤਾਬਾਂ ਦੇ ਤੇ ਉਤਾਰੀ ਹੋਣ ਅਸਾਂ ਤੇਰੇ ਵੱਲ ਇਹ ਨਸੀਹਤ ਤਾਂ ਬਿਆਨ ਕਰੇ ਲੋਕਾਂ ਅੱਗੇ ਜੂਤਰੇ ਹੋਣ ਲਈ ਤੇ ਤਾਂ ਉਹ ਖੁਦ ਵੀ ਫਿਕਰ ਕਰਨ ਭੇਜੇ ਨਾਲ ਨਿਸ਼ਾਨੀਆਂ ਤੇ ਕਿਤਾਬਾਂ ਦੇ ਤੇ ਉਤਾਰੀ ਹੋਣ ਅਸਾਂ ਤੇਰੇ ਵੱਲ ਇਹ ਨਸੀਹਤ ਤਾਂ ਬਿਆਨ ਕਰੇ ਲੋਕਾਂ ਅੱਗੇ ਜੋ ਉਤਰਿਆ ਹੋਣਾ ਲਈ ਤੇ ਤਾਂ ਉਹ ਖੁਦ ਵੀ ਫਿਕਰ ਕਰਨ ਕਿਉਂ ਫਿਰ ਡਰ ਲਾ ਛੜਿਆ ਏ ਜਿੰਨਾ ਖੇਡੇ ਨੇ ਬੁਰੇ ਦਾ ਜੋ ਤਸਾਵੇ ਅੱਲਾ ਉਹਨਾਂ ਨੂੰ ਜ਼ਮੀਨ ਵਿੱਚ ਜਾਂ ਆਵੇ ਉਹਨਾਂ ਨੂੰ ਅਜ਼ਾਬ ਜਿਦੋਂ ਜਾਣਦੇ ਵੀ ਨਾ ਹੋਣ ਪਗੜੇ ਉਹਨਾਂ ਨੂੰ ਤੁਰਦੇ ਆ ਜਾਂ ਫਿਰਦੇ ਆ ਨੂੰ ਕਿ ਨਹੀਂ ਉਹ ਉਸ ਨੂੰ ਆਜਜ਼ ਕਰਨ ਜੋਗੇ ਜਾਂ ਪਕੜੇ ਉਹਨਾਂ ਨੂੰ ਪਿੱਛੇ ਡਰਾਣੇ ਦੇ ਸੋ ਰੱਬ ਤੁਹਾਡਾ ਜ਼ਰੂਰ ਹੀ نہایت ਰਹਿਮਾਰਾ ਹੈ ਮਿਹਰਬਾਨ ਭਲਾਤ ਨਹੀਂ ਡਿਠੀ ਨੇ ਜੋ ਪੈਦਾ ਕੀਤੀ ਅੱਲਾ ਨੇ ਹਰ ਚੀਜ਼ ਚੁੱਕਦੇ ਨੇ ਪਰਛਾਵੇਂ ਉਹਦੇ ਸੱਜੇ ਤੇ ਖਬੇ ਉਹ ਸਜਦਾ ਕਰਦੇ ਨੇ ਅੱਲਾ ਨੂੰ ਤੇ ਉਹ ਸਾਰੇ ਦੇ ਸਾਰੇ ਆਜ਼ੀ ਕਰਦੇ ਨੇ ਤੇ ਅੱਲਾ ਹੀ ਨੂੰ ਸਜਦਾ ਕਰਦਾ ਹੈ ਜੋ ਅਸਮਾਨਾਂ ਵਿੱਚ ਤੇ ਜੋ ਜ਼ਮੀਨ ਵਿੱਚ ਹੈ ਜੰਦਾਰ ਤੇ ਫਰਿਸ਼ਤੇ ਤੇ ਉਹ ਹਰ ਕਿਸ ਗਰੂਰ ਨਹੀਂ ਕਰਦੇ ਡਰਦੇ ਨੇ ਆਏ ਰੱਬ ਆਪਣੇ ਤੋਂ ਉੱਤੋਂ ਆਪਣੇੋਂ ਤੇ ਕਰਦੇ ਨੇ ਜੋ ਹੁਕਮ ਹੁੰਦਾ ਨੇ ਤੇ ਆਖਿਆ ਅੱਲਾ ਨੇ ਨਾ ਪਗੜੋ ਦੋ ਮাবুਦ ਮাবুਦ ਨਿਰਾ ਹੋਏ ਇੱਕੋ ਸੋ ਮੈ ਤੋਂ ਹੀ ਡਰੋ ਤੇ ਉਸੇ ਹੀ ਦਾ ਹੈ ਜੋ ਕੁਝ ਆਸਮਾਨਾਂ ਤੇ ਜ਼ਮੀਨ ਵਿੱਚ ਤੇ ਦੀਨ ਉਸੇ ਹੀ ਦਾ ਚੱਲ ਰਿਹਾ ਹੈ ਕਾਇਨਾਤ ਵਿੱਚ ਕਿਉਂ ਫਿਰ ਅੱਲਾ ਦੇ ਸਵਾਹ ਹੋਰੀ ਤਾਂ ਵੀ ਡਰਦੇ ਹੋ ਤੇ ਜੋ ਤੁਸਾਂ ਕੋਲੇ ਕੋਈ ਨੇਮਤ ਸੋ ਅੱਲਾ ਵੱਲੋਂ ਹੈ ਫਿਰ ਜਦ ਪਹੁੰਚੇ ਤੁਹਾਨੂੰ ਦੁੱਖ ਤਾਂ ਉਸੇ ਹੀ ਅੱਗੇ ਕੁਰ ਲਾਂਦੇ ਹੋ ਜਦੋਂ ਦੂਰ ਕਰ ਦਿੱਤੋ ਸੂ ਦੁੱਖ ਤੁਸਾਂ ਤੋਂ ਤਦੋਂ ਇੱਕ ਟੋਲਾ ਤੁਸਾਂ ਵਿੱਚੋਂ ਆਪਣੇ ਰੱਬ ਨਾਲ ਦੂਜਿਆਂ ਨੂੰ ਸ਼ਰੀਕ ਕਰਨ ਲੱਗ ਪਿਆ ਤਾਂ ਨਾ ਸ਼ੁਕਰੀ ਕਰਨ ਉਸ ਦੀ ਜੋ ਦਿੱਤਾ ਸਾਨੂੰ ਉਹਨਾਂ ਨੂੰ ਸੋ ਖਾਂਡਾ ਲੋ ਫੇਰ ਅਗੋ ਜਾਣ ਲਓਗੇ ਤੇ ਠਹਿ ਰਾਂਦੇ ਨੇ ਵਾਸਤੇ ਉਹ ਦੇ ਜਿਸ ਨੂੰ ਨਹੀਂ ਜਾਣਦੇ ਇੱਕ ਹਿੱਸਾ ਉਸ ਵਿੱਚੋਂ ਜੋ ਦਿੱਤਾ ਸਾਨੂੰ ਉਹਨਾਂ ਨੂੰ ਤਾਂ ਅੱਲਾਹ ਦੀ ਜ਼ਰੂਰਤ ਤੁਸੀਂ ਪੁੱਛੇ ਜਾਓਗੇ ਉਸ ਤੋਂ ਜੋ ਝੂਠ ਜੋੜਦੇ ਸਾਓ ਤੇ ਠਹਿਰਾਉਂਦੇ ਨੇ ਖੁਦਾ ਲਈ ਧੀਆਂ ਉਹ ਤੇ ਬੇਆ ਬੇ ਤੇ ਉਹਨਾਂ ਲਈ ਉਹ ਜੋ ਖੁਦ ਜਾਣ ਤੇ ਜਦ ਖੁਸ਼ਖਬਰੀ ਮਿਲੇ ਕਿਸੇ ਉਹਨਾਂ ਦੇ ਨੂੰ ਧੀ ਦੀ ਸਾਰਾ ਦਿਨ ਰਹੇ ਮੂੰਹ ਉਹਦਾ ਕਾਲਾ ਤੇ ਉਹ ਗੁੱਸੇ ਭਰਿਆ ਛੁਪਦਾ ਹੈ ਲੋਕਾਂ ਤੋਂ ਉਸ ਖੁਸ਼ਖਬਰੀ ਦੀ ਬੁਰੀਾਈ ਦੇ ਸਬਬੋ ਜੋ ਮਿਲੀ ਸੁ ਭਲਾ ਰੱਖ ਰਹਿਣ ਦੇਗਾ ਉਹਨੂੰ ਸਮੇਤ ਬੇਇੱਜ਼ਤੀ ਦੇ ਜਾਂ ਦਬ ਦੇਗਾ ਉਹਨੂੰ ਮਿੱਟੀ ਵਿੱਚ ਦੇਖੋ ਕਿਆ ਬੁਰਾ ਜੋ ਇਨਸਾਫ ਕਰਦੇ ਨੇ ਉਹਨਾਂ ਲਈ ਜਿਹੜੇ ਨਹੀਂ ਮੰਨਦੇ ਆਖਰਤ ਨੂੰ ਸਿਫਤ ਤੇ ਬੁਰੀ ਤੇ ਅੱਲਾਹ ਦੀ ਸਿਫਤ ਹੈ ਸਭ ਤੋਂ ਚੰਗੀ ਤੇ ਉਹੋ ਹੀ ਜ਼ੋਰ ਆਵਰ ਇਕਮਤਾ ਵਾਲਾ ਤੇ ਜੇ ਕਦੇ ਪਕੜਦਾ ਅੱਲਾ ਲੋਕਾਂ ਨੂੰ ਉਹਨਾਂ ਦੇ ਜ਼ੁਲਮ ਉਤੋਂ ਨਾ ਛੱਡਦਾ ਜ਼ਮੀਨ ਉਤੇ ਕਿਸੇ ਜਾਨਦਾਰ ਨੂੰ ਵੀ ਪਰ ਢਿੱਲ ਦਿੰਦਾ ਉਹਨਾਂ ਨੂੰ ਇੱਕ ਛਰੀ ਹੋਈ ਮੁੱਦਤ ਤੱਕ ਫਿਰ ਜਦ ਆਵੇਗਾ ਵਕਤ ਉਹ ਨਾ ਨਾ ਪਛੇਰੇ ਪੈਣਗੇ ਇਕੜੀ ਤੇ ਨਾ ਅਗੇਰੇ ਰਹਿਣਗੇ ਤੇ ਚਿਹਰਾਂ ਦੇ ਨੇ ਅੱਲਾ ਵਾਸਤੇ ਜਿਸ ਚੀਜ਼ ਨੂੰ ਖੁਦ ਪਸੰਦ ਨਹੀਂ ਕਰਦੇ ਤੇ ਬਿਆਨ ਕਰਦੀਆਂ ਜ਼ੁਬਾਨਾਂ ਉਹਨਾਂ ਦੀਆਂ ਝੂਠ ਭਾਈ ਜ਼ਰੂਰ ਉਹਨਾਂ ਲਈ ਇਹ ਚੰਗਾਈ ਕੁਝ ਸ਼ੱਕ ਨਹੀਂ ਜ਼ਰੂਰ ਉਹਨਾਂ ਲਈ ਇਹ ਅੱਗ ਤੇ ਉਹ ਜ਼ਰੂਰ ਅੱਗੇ ਰਵਾਨਾ ਕੀਤੇ ਜਾਣਗੇ ਸੋ ਅੱਲਾ ਦੀ ਜ਼ਰੂਰ ਪੈਗੰਬਰ ਭੇਜਿਆ ਸਾ ਉਮਮਤਾਂ ਵੱਲ ਪਹਿਲੇ ਤੇਰੇ ਫਿਰ ਸਜਾਇਆ ਉਹਨਾਂ ਲਈ ਸ਼ੈਤਾਨ ਨੇ ਕਰਤਬ ਉਹਨਾਂ ਦੇ ਸੋ ਉਹ ਜਾ ਰਹੇ ਉਹਨਾਂ ਦਾ ਅੱਜ ਤੇ ਉਹਨਾਂ ਨੂੰ ਦੁੱਖ ਦੀ ਮਾਰ ਤੇ ਨਹੀਂ ਉਤਾਰੀ ਅਸਾਂ ਤੇਰੇ ਉੱਤੇ ਕਿਤਾਬ ਪਰ ਤਾਂ ਜੋ ਤੂੰ ਬਿਆਨ ਕਰੇ ਉਹਨਾਂ ਲਈ ਜਿਸ ਗੱਲ ਵਿੱਚ ਝਗੜਾ ਪਾਇਆ ਨੇ ਤੇ ਵਾਸਤੇ ਰਾਹ ਪਾਣੇ ਤੇਰਾ ਮਤ ਕਰਨੇ ਉਹਨਾਂ ਲੋਕਾਂ ਦੇ ਜੋ ਮੰਨਦੇ ਨਹੀਂ ਤੇ ਅੱਲਾ ਨੇ ਉਤਾਰਿਆ ਅਸਮਾਨੋਂ ਪਾਣੀ ਫਿਰ ਜਵਾਈ ਹੋਸ ਨਾਲ ਜ਼ਮੀਨ ਪਿੱਛੇ ਉਸ ਦੇ ਮਰਨੇ ਦੇ ਇਸ ਵਿੱਚ ਜ਼ਰੂਰ ਪਤਾ ਹੈ ਵਾਸਤੇ ਲੋਕਾਂ ਦੇ ਜਿਹੜੇ ਸੁਣਦੇ ਨੇ ਤੇ ਤੁਸਾਂ ਲਈ ਜ਼ਰੂਰੀ ਚੌਖਰਾਂ ਵਿੱਚ ਕਿਆਸ ਕਰਨ ਦਾ ਥਾਂ ਹੈ ਭਲਾਨੇ ਅਸੀਂ ਤੁਹਾਨੂੰ ਉਸ ਚੀਜ਼ ਵਿੱਚੋਂ ਜੋ ਨਾ ਦੇ ਪੇਟਾਂ ਵਿੱਚੇ ਗੋਇ ਤੇ ਲਊ ਦੇ ਵਿਚਕਾਰੋਂ ਦੁੱਧ ਸਾਫ ਸੁਖੱਲਾ ਸੰਗੋ ਲੰਗਦਾ ਹੈ ਪੀਣ ਵਾਲਿਆਂ ਦੇ ਤੇ ਪਲਾਨੇ ਆ ਫਲਾਂ ਤੋਂ ਖਜੂਰਾ ਤੇ ਅੰਗੂਰਾਂ ਦੇ ਦਰਖਤ ਬਣਾਉਂਦੇ ਹੋ ਉਸ ਤੋਂ ਤੁਸੀਂ ਸ਼ਰਾਬ ਵੀ ਤੇ ਖੁਰਾਕ پاک ਸੋਹਣੀ ਵੀ ਇਸ ਵਿੱਚ ਜ਼ਰੂਰੀ ਪਤਾ ਵਾਸਤੇ ਲੋਕਾਂ ਦੇ ਜਿਹੜੇ ਅਕਲ ਕਰਦੇ ਨੇ ਤੇ ਵੇਖੋ ਹੁਕਮ ਤੇ ਜਾਂਦੇ ਆ ਬਨੇ ਸ਼ਾਦੀ ਮੱਖੀ ਵਾਲੇ ਭਾਈ ਬਣਾ ਲ ਐ ਪਹਾੜਾਂ ਵਿੱਚ ਛੱਤੇ ਤੇ ਦਰਖਤ ਵਿੱਚ ਤੇ ਜਿੱਥੇ ਬੇਲਾਂ ਚੜਾਉਂਦੇ ਨੇ ਫਿਰ ਰਸ ਜੂਸ ਹਰ ਜਿੰਸ ਦੇ ਫੁੱਲਾਂ ਦਾ ਫਿਰ ਤੁਰ ਆਪਣੇ ਰੱਬ ਦੇ ਸਾਥ ਕੀਤੇ ਹੋਏ ਰਸਤਿਆਂ ਵਿੱਚ ਨਿਕਲਦਾ ਹੈ ਉਹਨਾਂ ਦੇ ਪੇਟਾਂ ਵਿੱਚੋਂ ਸ਼ਹਿਦ ਜੁਦਾ ਜੁਦਾ ਰੰਗ ਨੇ ਉਹਦੇ ਉਸ ਵਿੱਚ ਸ਼ਿਫਾ ਹੈ ਰੋਗ ਚੰਗੇ ਹੁੰਦੇ ਨੇ ਲੋਕਾਂ ਦੇ ਇਸ ਵਿੱਚ ਜ਼ਰੂਰ ਹੀ ਪਤਾ ਵਾਸਤੇ ਲੋਕਾਂ ਦੇ ਇਹ ਜਿਹੜੇ ਸੋਚਦੇ ਨੇ ਤੇ ਅੱਲਾਹ ਨੇ ਪੈਦਾ ਕੀਤਾ ਤੁਹਾਨੂੰ ਫਿਰ ਮਾਰਦਾ ਹੈ ਤੁਹਾਨੂੰ ਤੇ ਕੋਈ ਤੋਸਾ ਵਿੱਚੋਂ ਪਾਇਆ ਜਾਂਦਾ ਹੈ ਨਾਕਾਰੀ ਉਮਰਵਾਲ ਤਾਂ ਜੋ ਕੁਝ ਦਾ ਸਮਝਣ ਲੱਗੇ ਪਿੱਛੇ ਸਭ ਕੁਝ ਸਮਝਨੇ ਦੇ ਅੱਲਾ ਜ਼ਰੂਰ ਜਾਣਨ ਵਾਲਾ ਤਾਕਤ ਵਾਲਾ ਹੈ ਤੇ ਅੱਲਾ ਨੇ ਵਡਿਆਈ ਦਿੱਤੀ ਇੱਕ ਨਾ ਤੁਹਾਡਿਆਂ ਨੂੰ ਇੱਕ ਨਾ ਉੱਤੇ ਰਿਜ਼ਕ ਵਿੱਚ ਫਿਰ ਨਹੀਂ ਹੈ ਜਿਨ੍ਹਾਂ ਨੂੰ ਵਡਿਆਈ ਮਿਲੀ ਏ ਮੋੜਨ ਵਾਲੇ ਰਿਜ਼ਕ ਆਪਣਾ ਆਪਣੇ ਗੁਲਾਮਾਂ ਵੱਲ ਤਾਂ ਕਿ ਉਹ ਉਸ ਰਿਜ਼ਕ ਵਿੱਚ ਬਰਾਬਰ ਹੋ ਜਾਣ ਫਿਰ ਅੱਲਾ ਦੀ ਨਿਮਤ ਦਾ ਕਿਉਂ ਇਨਕਾਰ ਕਰਦੇ ਨੇ ਤੇ ਅੱਲਾ ਨੇ ਪੈਦਾ ਕਰ ਦਿੱਤੀਆਂ ਤੁਹਾਨੂੰ ਜਿਸ ਤੁਹਾਡੀ ਥੀ ਬੋਟੀਆਂ ਤੇ ਪੈਦਾ ਕਰ ਦਿੱਤੇ ਤੁਹਾਨੂੰ ਬੋਟੀਆਂ ਤੁਹਾਡੀਆਂ ਥੀ ਪੁੱਤਰ ਤੇ ਪੋਤਰੇ ਤੇ ਰਿਜ਼ਕ ਦਿੱਤਾ ਤੁਹਾਨੂੰ ਸੁਥਰੀਆਂ ਚੀਜ਼ਾਂ ਤੋਂ ਪਰ ਕਿਉਂ ਝੂਠ ਨੂੰ ਮੰਨਦੇ ਨੇ ਤੇ ਅੱਲਾਹ ਦੀ ਨੇਮਤ ਨੂੰ ਉਹ ਨਹੀਂ ਮੰਨਦੇ ਪੁੱਛਦੇ ਨੇ ਸਵਾਲ ਅੱਲਾਹ ਦੇ ਹੌਸ ਨੂੰ ਜਿਸ ਦਾ ਇੱਕ ਜ਼ਰਾ اختیار ਨਹੀਂ ਇਹਨਾਂ ਨੂੰ ਦਿੱਕ ਦੇਂਦਾ ਅਸਮਾਨਤ ਤੇ ਜ਼ਮੀਨ ਤੋਂ ਤੇ ਨਾ ਉਹਨਾਂ ਦਾ ਵਾਸ ਚੱਲਦਾ ਸੋ ਨਾ ਕਰੋ ਮਸਾਲਾ ਅੱਲਾਹ ਉੱਤੇ ਅੱਲਾਹ ਜ਼ਰੂਰ ਜਾਣਦਾ ਹੈ ਤੇ ਤੁਸੀਂ ਨਹੀਂ ਜਾਣਦੇ ਬਿਆਨ ਕੀਤਾ ਅੱਲਾਹ ਨੇ ਕਹਖਾਨ ਇੱਕ ਗੁਲਾਮ ਹੈ ਪਰਾਇਆ ਮਾਲ ਜ਼ੋਰ ਨਹੀਂ ਸੁ ਚੱਲਦਾ ਕਾਸੇ ਉੱਤੇ ਤੇ ਇੱਕ ਜਿਸ ਨੂੰ ਰਿਜ਼ਕ ਦਿੱਤਾ ਆ ਸਾ ਆਪਣੇ ਕੋਲੋਂ ਸੋਨਾ ਰਿਜ਼ਕ ਫੇਰ ਉਹ ਖਰਚਦਾ ਹੈ ਉਸ ਵਿੱਚੋਂ چھਪਾ ਕੇ ਤੇ ਜ਼ਾਹਿਰ ਕਰਕੇ ਭਲਾ ਦੱਸੋ ਬਰਾਬਰ ਹੁੰਦੇ ਨੇ ਦੋਵੇਂ ਸੋਭਾ ਲਈ ਦੀਏ ਸਗੋਂ ਬਹੁਤੇ ਉਹ ਨਾ ਦੇ ਨਹੀਂ ਜਾਣਦੇ ਤੇ ਬਿਆਨ ਕੀਤਾ ਏ ਅੱਲਾ ਨੇ ਇੱਕ ਹੋ ਰਖਾਨ ਦੋ ਮਰਦ ਨੇ ਇੱਕ ਉਹ ਨਾਲ ਵਿੱਚ ਗੂੰਗਾ ਜ਼ੋਰ ਨਹੀਂ ਸੁ ਚੱਲਦਾ ਕਾਸੇ ਉੱਤੇ ਤੇ ਉਹ ਭਾਰੂ ਹੈ ਆਪਣੇ ਸਾਈ ਦੇ ਸਿਰ ਜਿੱਧਰ ਭੇਜੇ ਉਹ ਨੂੰ ਨਾ ਲਿਆਵੇ ਕੁਝ ਪਲਾਈ ਭਲਾ ਬਰਾਬਰ ਹੁੰਦਾ ਉਹ ਤੇ ਦੂਜਾ ਜਿਹੜਾ ਹੁਕਮ ਕਰੇ ਇਨਸਾਫ ਨਾਲ ਤੇ ਆਪ ਇਸ ਦੇ ਰਾਹ ਉਤੇ ਕਿ ਅੱਲਾ ਹੀ ਕੋਲ ਗਾਇਬ ਦਾ ਇਲਮ ਅਸਮਾਨਾਂ ਤੇ ਜ਼ਮੀਨ ਦਾ ਤੇ ਨਹੀਂ ਕਿਆਮਤ ਦਾ ਕੰਮ ਪਰ ਅੱਖ ਚਮਕਣ ਵਾਂਗੂ ਜਾਂ ਉਦੋਂ ਵੀ ਨੇੜੇ ਅੱਲਾ ਦਾ ਜ਼ਰੂਰ ਹਰ ਕਾਸੇ ਉਤੇ ਵਾਸ ਚੱਲਦਾ ਹੈ ਤੇ ਅੱਲਾ ਨੇ ਕੱਢਿਆ ਤੁਹਾਨੂੰ ਤੁਹਾਡੀਆਂ ਮਾਵਾਂ ਦੇ ਪੇਟਾਂ ਵਿੱਚੋਂ ਕੁਝ ਵੀ ਨਾ ਜਾਣਦਿਆਂ ਨੂੰ ਤੇ ਬਣਾ ਦਿੱਤੇ ਤੁਹਾਨੂੰ ਕੰਨ ਤੇ ਅੱਖੀਆਂ ਤੇ ਦਿਲ ਤਾਂ ਤੁਸੀਂ ਕਦਰ ਜਾਣੋ ਪਲਾ ਨਹੀਂ ਵੇਖਿਆ ਨੇ ਪਖੇਰੂਆਂ ਵੱਲ ਹੁਕਮ ਦੇ ਬੱਦੇ ਹੋਏ ਅਸਮਾਨ ਦੇ ਪੋਲ ਵਿੱਚ ਨਹੀਂ ਥੰਮਦਾ ਉਹਨਾਂ ਨੂੰ ਪਰ ਅੱਲਾ ਇਸ ਵਿੱਚ ਜ਼ਰੂਰੀ ਪਤਨੇ ਲੋਕਾਂ ਵਾਸਤੇ ਜਿਹੜੇ ਮੰਨਦੇ ਨੇ ਅੱਲਾ ਨੇ ਬਣਾ ਦਿੱਤੇ ਤੁਹਾਨੂੰ ਘਰ ਤੁਹਾਡੇ ਵਸਣ ਦਾ ਥਾਂ ਤੇ ਬਣਾ ਦਿੱਤੇ ਤੁਹਾਨੂੰ ਚੌਕਰਾਂ ਦੀ ਚਮੜਿਆਂ ਦੇ ਖਾਈਮੇ ਜਿਹੜੇ ਹੌਲੇ ਜਾਪਦੇ ਨੇ ਤੁਹਾਨੂੰ ਦਿਨ ਸਫਰ ਤੁਹਾਡੇ ਦੇ ਤੇ ਦਿਨ ਘਰ ਰਹਿਣ ਤੁਹਾਡੇ ਦੇ ਤੇ ਉਹਨਾਂ ਉਹਨਾਂ ਦੀਆਂ ਤੇ ਜਿੱਤਾਂ ਉਹਨਾਂ ਦੀਆਂ ਤੇ ਵਾਲਾ ਉਹਨਾਂ ਦੇ ਅਥੀ ਪੂੰਜੀ ਤੇ ਸਬਾਬ ਵਰਤੰਦੇ ਇੱਕ ਵਕਤ ਤੀਕ ਤੇ ਅੱਲਾਹ ਨੇ ਬਣਾ ਦਿੱਤੀਆਂ ਤੁਹਾਨੂੰ ਆਪਣੀ ਪੈਦਾ ਕੀਤੀਆਂ ਚੀਜ਼ਾਂ ਵਿੱਚੋਂ ਛਾਵਾਂ ਤੇ ਬਣਾ ਦਿੱਤੀਆਂ ਤੁਹਾਨੂੰ ਪਾੜਾਂ ਵਿੱਚ ਛੁਪਣ ਦੀਆਂ ਜਗ੍ਹਾ ਤੇ ਬਣਾ ਦਿੱਤੇ ਤੁਹਾਨੂੰ ਕੁਰਤੇ ਜੋ ਬਚਾਉਣ ਤੁਹਾਨੂੰ ਗਰਮੀੋਂ ਤੇ ਪੋਸ਼ਾਕਾਂ ਜਿਹੜੀ ਹਫਾਜ਼ਤ ਕਰਨ ਤੁਹਾਡੀ ਆਪਸ ਦੀ ਲੜਾਈਆਂ ਵਿੱਚ ਇਸੇ ਤਰ੍ਹਾਂ ਪੂਰੀ ਕਰਦਾ ਇਹ ਨੇ ਮਤ ਆਪਣੀ ਤੁਸਾਂ ਉੱਤੇ ਤਾਂ ਤੁਸੀਂ ਆਖੇ ਲੱਗ ਜਾਓ ਐ ਹਬੀਬ ਫੇਰ ਜੇ ਇਹ ਲੋਕ ਮੂੰਹ ਮੋੜਨ ਤਾਂ ਤੇਰੇ ਜਿੰਮੇ ਸਾਫ਼-ਸਾਫ਼ ਬਿਆਨ ਕਰਕੇ ਨਿਹਰਾ ਪੈਗਾਮ ਪਹੁੰਚਾਣਾ ਹੈ ਪਛਾਣਦੇ ਨੇ ਨੇਮਤ ਅੱਲਾ ਦੀ ਤੇ ਫੇਰ ਇਨਕਾਰ ਕਰਦੇ ਨੇ ਉਹਦਾ ਤੇ ਬਹੁਤੇ ਉਹਨਾਂ ਦੇ ਮੁਨਕਰ ਨੇ ਕਿ ਜਿਸ ਦਿਨ ਅਸੀਂ ਖੜਾ ਕਰਾਂਗੇ ਹਰ ਉਮਤ ਵਿੱਚੋਂ ਇੱਕ ਗਵਾਹ ਫੇਰ ਨਾ ਹੁਕਮ ਮਿਲੇਗਾ ਬੋਲਣ ਦਾ ਬੇਈਮਾਨਾਂ ਨੂੰ ਤੇ ਨਾ ਉਹਨਾਂ ਤੋਂ ਤੋਬਾ ਮੰਗੀ ਜਾਏਗੀ ਤੇ ਜਦ ਵੇਖਣਗੇ ਜਿਨ੍ਹਾਂ ਜ਼ੁਲਮ ਕੀਤਾ ਹੈ ਅਜ਼ਾਬ ਨੂੰ ਤਦ ਨਾ ਹਲਕਾ ਹੋਵੇ گا ਉਹਨਾਂ ਤੋਂ ਤੇ ਨਾ ਉਹਨਾਂ ਨੂੰ ਸਾਹ ਲੈਣਾ ਮਿਲੇਗਾ ਜਦ ਵੇਖਣਗੇ ਜਿਨ੍ਹਾਂ ਸ਼ਰੀਕ ਬਣਾਇਆ ਸ਼ਰੀਕਾ ਆਪਣੇ ਨੂੰ ਆਖਣਗੇ ਸਾਡੇ ਰੱਬਾ ਇਹ ਨਿਸ਼ਰੀਕ ਸਾਡੇ ਜਿਨ੍ਹਾਂ ਨੂੰ ਅਸੀਂ ਸਾਧਦੇ ਹੁੰਦੇ ਸਾਂ ਸਵਾ ਤੇਰੇ ਤਦ ਸੁੱਟਣਗੇ ਇਹਨਾਂ ਵੱਲ ਗੱਲ ਭਈ ਤੁਸੀਂ ਜ਼ਰੂਰ ਹੀ ਝੂਠੇ ਹੋ ਤੇ ਲੈ ਮਿਲਣਗੇ ਅੱਲਾ ਨੂੰ ਉਸ ਦਿਨ ਆਖੇ ਲੱਗਣਾ ਤੇ ਵਿਸਰ ਜਾਏਗਾ ਉਹਨਾਂ ਨੂੰ ਜੋ ਝੂਠ ਜੋੜਦੇ ਹੁੰਦੇ ਸਨ ਜੇ ਖੁਦ ਬੇਈਮਾਨ ਹੋਏ ਤੇ ਰੋਕਿਆ ਨਹੀਂ ਅੱਲਾ ਦੇ ਰਹਾ ਹਾਂ ਬਧੇਰਾ ਦੇਾਂਗੇ ਅਸੀਂ ਉਹਨਾਂ ਨੂੰ ਅਜ਼ਾਬ ਉੱਤੇ ਅਜ਼ਾਬ ਬਦਲੇ ਉਸ ਦੇ ਜੋ ਫਸਾਦ ਕਰਦੇ ਸਾਡੇ ਤੇ ਜਿਸ ਦਿਨ ਖੜਾ ਕਰਾਂਗੇ ਅਸੀਂ ਹਰ ਉਮਤ ਵਿੱਚ ਇੱਕ ਗਵਾਹ ਉਹਨਾਂ ਉੱਤੇ ਉਹਨਾਂ ਵਿੱਚੋਂ ਤੇ ਲਿਆਵਾਂਗੇ ਇਹਨਾਂ ਦੇ ਮੁਕਾਬਲੇ ਵਿੱਚ ਅਸੀਂ ਤੈਨੂੰ ਗਵਾਹ ਇਹਨਾਂ ਲੋਕਾਂ ਉੱਤੇ ਇਹ ਉਸੇ ਗਵਾਹੀ ਦੀ ਤਿਆਰੀ ਹੈ ਜੇ ਉਤਾਰੀ ਅਸਾਂ ਤੇਰੇ ਉੱਤੇ ਇੱਕ ਕਿਤਾਬ ਜਿਹੜੀ ਹਰ ਕਾਸੇ ਦਾ ਸਾਫ਼-ਸਾਫ਼ ਬਿਆਨ ਕਰਨ ਵਾਲੀ ਤੇਰਾ ਪਾਣੇ मेहर करने खुशखबरी देने वाली मुसलमाना दे। अल्लाह जरूर हुआ इंसाफ कर करने दा कर बेहतर ते ते तो, मत तो 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 आ जाए ते पूरा करो इकरार अल्लाह का जब आपेरार करो त नोड़ो तो कसम पिछे उन्होंने पक्का करने दे, ते कर चुके अल्लाह नू अपने दामन ਅੱਲਾ ਜ਼ਰੂਰ ਜਾਣਦਾ ਹੈ ਜੋ ਕਰਦੇ ਹੋ ਤੇ ਨਾ ਹੋਵੋ ਉਹ ਸਹੁਰਤ ਵਾਂਗ ਜਿਨ ਸੂਤਰ ਆਪਣਾ ਪਿੱਛੇ ਪੱਕਾ ਕਰਨੇ ਦੇ ਟੁਕੜੇ ਟੁਕੜੇ ਕਰ ਦਿੱਤਾ ਬਣਾਉਂਦੇ ਉਸਮਾ ਆਪਣੀਆਂ ਨੂੰ ਦਗਾ ਆਪੇ ਵਿੱਚ ਇਸ ਵਾਸਤੇ ਜਦ ਵੇਖਿਆ ਕਿ ਧੜੇ ਦੇ ਲੋਕ ਬਦੇਰੇ ਬਹੁਤੇ ਦੂਸਰੇ ਧੜੇ ਤੋਂ ਤਾਂ ਪਹਿਲੇ ਉਹਦਾ اقrar ਤੋੜ ਕੇ ਦੂਜੇ ਨਾਲ ਜਾ ਰਹੇ ਨੇ ਨਿਰਾਜ਼ ਮੰਦਾ ਤੁਹਾਨੂੰ ਅੱਲਾ ਇਸ ਐਂ ਇਕਰਾਰ ਨਾਲ ਤੇ ਜ਼ਰੂਰ ਬਿਆਨ ਕਰੇਗਾ ਹਕੀਕਤ ਤੁਸਾਂ ਅੱਗੇ ਦਿਨ ਕਿਆਮਤ ਦੇ ਜਿਸ ਗੱਲ ਵਿੱਚ ਤੁਸੀਂ ਝਗੜਦੇ ਸਾਂ ਤੇ ਜੇ ਕਦੇ ਅੱਲਾ ਚਾਹੁੰਦਾ ਤੁਹਾਨੂੰ ਇੱਕੋ ਉਮਤ ਕਰ ਦਿੰਦਾ ਜੇ ਤੁਹਾਡੇ ਵਿੱਚ ਕੋਈ ਇਖਤਲਾਫ ਹੀ ਨਾ ਹੁੰਦਾ ਪਰ ਉਹ ਰਾਹ ਪੁਲਾਂਦਾ ਜਿਸ ਨੂੰ ਚਾਹੇ ਤੇ ਰਾਹ ਪਾਉਂਦਾ ਜਿਸ ਨੂੰ ਚਾਹੇ ਤੇ ਤੁਸਾਂ ਤੋਂ ਜ਼ਰੂਰ ਪੁੱਛਿਆ ਜਾਏਗਾ ਜੋ ਕਰਦੇ ਸਾਂ ਤੇ ਨਾ ਬਣਾਓ ਜ਼ਰੀਆ ਧੋਖੇ ਦਾ ਕਸਮਾਂ ਆਪਣਿਆਂ ਨੂੰ ਆਪੇ ਵਿੱਚ ਫੇਰ ਤਿਲਕ ਜਾਏ ਪੈਰ ਪਿੱਛੇ ਉਹਦੇ ਜਮਣੇ ਦੇ ਤੇ ਚਖਾ ਪੈ ਜੀ ਅਜ਼ਾਬ ਬਦਲੇ ਉਸ ਦੇ ਜੋ ਰੋਕਿਓ ਜੇ ਅੱਲਾਹ ਦੇ ਰਹਾ ਹੋ ਤੇ ਤੁਹਾਨੂੰ ਬੁੜੀ ਮਾਰ ਪਾਏ ਤੇ ਨਖਰੀ ਦੋ ਅੱਲਾਹ ਦੇ ਇਕਰਾਰ ਤੋਂ ਮੁੱਲ ਥੋੜਾ ਜੋ ਅੱਲਾਹ ਕੋਲੇ ਹੈ ਉਹ ਜ਼ਰੂਰ ਚੰਗਾ ਹੈ ਤੁਸਾਂ ਲਈ ਜੇ ਤੁਸੀਂ ਜਾਣਦੇ ਹੋ ਜੋ ਤੁਸਾਂ ਕੋਲੇ ਨਿਭੜ ਜਾਂਦਾ ਹੈ ਤੇ ਜੋ ਅੱਲਾਹ ਕੋਲੇ ਸਦਾ ਰਹਿਣ ਵਾਲਾ ਹੈ ਤੇ ਜ਼ਰੂਰ ਅਸੀਂ ਬਦਲਾ ਦੇਾਂਗੇ ਸਬਰ ਕਰਨ ਵਾਲਿਆਂ ਨੂੰ ਸਵਾਬ ਉਹਨਾਂ ਦਾ ਸੋਹਣੇ ਤੋਂ ਸੋਹਣਾ ਉਸ ਕੰਮ ਦਾ ਜੋ ਕਰਦੇ ਸਨ ਜਿਸ ਕੀਤੀ ਨੇਕੀ ਮਰਦ ਹੋਵੇ ਜਾਂ ਔਰਤ ਤੇ ਉਹ ਹੈ ਇਮਾਨਦਾਰ ਸੋ ਜ਼ਰੂਰ ਜੋ ਮੰਗੇ ਅਸੀਂ ਉਸ ਨੂੰ ਸਵਾਦ ਦਾ ਜੀਵਨਾ ਤੇ ਆਖਰਤ ਵਿੱਚ ਵੀ ਜ਼ਰੂਰ ਅਸੀਂ ਬਦਲਾ ਦੇਾਂਗੇ ਉਹਨਾਂ ਨੂੰ ਸਵਾਬ ਉਹਨਾਂ ਦਾ ਸੋਨੇ ਤੋਂ ਸੋਨਾ ਉਸ ਕੰਮ ਦਾ ਜੋ ਕਰਦੇ ਸੋ ਫਿਰ ਜਦ ਪੜਨ ਲੱਗੇ ਤੂੰ ਕੁਰਾਨ ਤਦ ਪਨਾਹ پکڑ ਅੱਲਾ ਦੀ ਸ਼ੈਤਾਨ ਮਰਦੂਦ ਤੋਂ ਜ਼ਰੂਰ ਨਹੀਂ ਸ਼ੈਤਾਨ ਦਾ ਕੁਝ ਜ਼ੋਰ ਉਹਨਾਂ ਉਤੇ ਜਿਹੜੇ ਇਮਾਨਦਾਰ ਨੇ ਤੇ ਆਪਣੇ ਰੱਬੀ ਤੇ ਭਰੋਸਾ ਕਰਦੇ ਨੇ ਸ਼ੈਤਾਨ ਦਾ ਜ਼ੋਰ ਨਿਰਾ ਉਹਨਾਂ ਹੀ ਉੱਤੇ ਜਿਹੜੇ ਉਹਨੂੰ ਯਾਰ ਬਣਾਉਂਦੇ ਨੇ ਤੇ ਜਿਹੜੇ ਅੱਲਾਹ ਨਾਲ ਦੂਜਿਆਂ ਨੂੰ ਸ਼ਰੀਕ ਬਣਾਉਂਦੇ ਨੇ ਤੇ ਜਦ ਅਸੀਂ ਬਦਲ ਨਹੀਂ ਆਇਤ ਨੂੰ ਜਗਾ ਆਇਤ ਦੀ ਤੇ ਅੱਲਾਹ ਖੂਬ ਜਾਣਦਾ ਹੈ ਜੋ ਕੁਝ ਉਤਾਰਦਾ ਹੈ ਆਖਦੇ ਨੇ ਤੂੰ ਨਿਰਾ ਆਪੇ ਗੱਲ ਬਣਾ ਲੈਣਾ ਸਗੋਂ ਬਹੁਤੇ ਉਹਨਾਂ ਦੇ ਹਕੀਕਤ ਨੂੰ ਨਹੀਂ ਜਾਣਦੇ ਤੂੰ ਆਖ ਇਹ ਉਤਾਰਿਆ ਹੈ پاک ਫਰਿਸ਼ਟੇ ਨੇ ਤੇਰੇ ਰੱਬ ਵੱਲੋਂ ਸਹੀ ਤਰ੍ਹਾਂ ਨਾਲ ਤਾ ਸਾਬਤ ਰੱਖੇ ਇਮਾਨਦਾਰਾਂ ਨੂੰ ਤੇ ਵਾਸਤੇ ਨਾ ਪਾਣੇ ਤੇ ਖੁਸ਼ਖਬਰੀ ਦੇਣੇ ਮੁਸਲਮਾਨਾ ਦੇ ਤੇ ਜ਼ਰੂਰ ਅਸੀਂ ਜਾਣਨੇ ਆ ਜੋ ਉਹ ਜ਼ਰੂਰ ਆਖਦੇ ਨੇ ਪਈ ਸਖਾਂਦਾ ਪੜਾਂਦਾ ਇਸ ਨੂੰ ਇੱਕ ਬੰਦਾ ਹਾਲਾਂਕਿ ਜਿਸ ਦੇ ਨਾਮ ਲਾਂਦੇ ਨੇ ਉਹਦੀ ਬੋਲੀ ਹੈ ਉਪਰੀ ਤੇ ਇਹ ਬੋਲੀ ਅਰਬੀ ਸਾਫ਼ ਜਿਹੜੇ ਨਹੀਂ ਮੰਨਦੇ ਆ ਤਾਂ ਅੱਲਾ ਦੀਆਂ ਜ਼ਰੂਰ ਨਹੀਂ ਲਾ ਪਾਂਦਾ ਉਹਨਾਂ ਨੂੰ ਅੱਲਾ ਤੇ ਉਹਨਾਂ ਨੂੰ ਦੁੱਖ ਦੀ ਮਾਰ ਹੈ ਝੂਠ ਜੋੜਦੇ ਨੇ ਨਰੇ ਉਹ ਜਿਹੜੇ ਨਹੀਂ ਮੰਨਦੇ ਆ ਤਾਂ ਅੱਲਾ ਦੀਆਂ ਤੇ ਉਹ ਹੀ ਨਾ ਝੂਠੇ ਜਿਹੜਾ ਫਿਰ ਗਿਆ ਖੁਦਾਉਂ ਪਿੱਛੇ ਮੰਨੇ ਆਪਣੇ ਦੇ ਫਿਰ ਜਿਸ ਉੱਤੇ ਟਕਾ ਆਇਆ ਤੇ ਦਿਲੋਂ ਦਾ ਬਰਕਰਾਰ ਈਮਾਨ ਉੱਤੇ ਤਾਂ ਖੈਰ ਏ ਪਰ ਜਿੰਨ ਖੁੱਲ ਕੇ ਆਖੀ ਬੇਈਮਾਨੀ ਦੀ ਗੱਲ ਦਿਲੋਂ ਸੋਹਣਾ ਉੱਤੇ ਗਰਪੇ ਅੱਲਾ ਵੱਲੋਂ ਤੇ ਉਹਨਾਂ ਨੂੰ ਬੜੀ ਮਾਰ ਏ ਏ ਇਸ ਬਬੂ ਜੋ ਉਹਨਾਂ ਜ਼ਰੂਰ ਪਿਆਰਾ ਜਾਂਦਾ ਜੋ ਜੀਉਣਾ ਦੁਨੀਆਂ ਦਾ ਆਖਰਤ ਨਾਲੋਂ ਤੇ ਅੱਲਾ ਜ਼ਰੂਰ ਨਹੀਂ ਰਹਾ ਪਾਉਂਦਾ ਬੇਈਮਾਨਾ ਲੋਕਾਂ ਨੂੰ ਇਹ ਲੋਕ ਕੌਣ ਨੇ ਜੋ ਲਈ ਮੋਰ ਅੱਲਾ ਨੇ ਉਹਨਾਂ ਦੇ ਦਿਲਾਂ ਉੱਤੇ ਤੇ ਉਹਨਾਂ ਦੇ ਕੰਨਾਂ ਉੱਤੇ ਤੇ ਉਹਨਾਂ ਦੀਆਂ ਅੱਖੀਆਂ ਉੱਤੇ ਤੇ ਉਹ ਨੇ ਗਫਲਤ ਵਿੱਚ ਕੁਝ ਸ਼ੱਕ ਨਹੀਂ ਜ਼ਰੂਰ ਉਹ ਹੀ ਨੇ ਆਖਰਤ ਵਿੱਚ ਕਾਟੇ ਵਾਲੇ ਫਿਰ ਜ਼ਰੂਰ ਤੇਰਾ ਰੱਬ ਉਹਨਾਂ ਲਈ ਜਿਨ੍ਹਾਂ ਵਤਨ ਛੱਡਿਆ ਪਿੱਛੇ ਉਸ ਦੇ ਜੋ ਵਕਤ ਪਾਏ ਗਏ ਫਿਰ ਲੜੇ ਤੇ ਸਬਰ ਕੀਤਾ ਨੇ ਜ਼ਰੂਰ ਤੇਰਾ ਰੱਬ ਪਿੱਛੇ ਇਹਨਾਂ ਗੱਲਾਂ ਦੇ ਬਖਸ਼ਣ ਹਾਰ ਮਿਹਰਬਾਨ ਹੈ ਫੈਸਲਾ ਹੋ ਜਾਏਗਾ ਜਿਸ ਨਾਲ ਇਹਦਾ ਹਰ ਕੋਈ ਫਿਕਰਮੰਦ ਆਪਣੀ ਜਾਨ ਬਚਾਣ ਖਾਤਰ ਤੇ ਪੂਰਾ ਮਿਲੇਗਾ ਹਰ ਕਿਸੇ ਨੂੰ ਜੋ ਕੀਤਾ ਸੁ ते ना उस दिन जुलम हो तो बयान किया अल्लाह ने अखाण एक बस्ती काम खातर जमा रख दिजक उस उसका खुला हर तरफो फिर कदर न जाती अल्लाह दिखाई अल्ला ने मुसीबत भुख के खौफ दी। बदले उस दे जो कर दे सर जरूर आ चुका उन्होंने फिर चिठरायो ने फिर पगड़िया ब ने जदलम हो चुके सन ਸੋ ਖਾਓ ਐ ਲੋਕੋ ਜੋ ਦਿੱਤਾ ਤੁਹਾਨੂੰ ਅੱਲਾ ਨੇ ਹਲਾਲ ਪਾਕ ਤੇ ਕਦਰ ਜਾਣੂ ਅੱਲਾ ਦੀ ਨੇਮਤ ਦੀ ਜੇ ਤੁਸੀਂ ਉਸੇ ਨੂੰ ਪੁੱਛਦੇ ਹੁੰਦੇ ਹੋ ਹਰਾਮ ਕੀ ਤਾਂ ਸੁ ਤਸਾਂ ਉੱਤੇ ਨਿਰਾ ਮੁਰਦਾਰ ਤੇ ਲਹੂ ਤੇ ਗੋਸ਼ ਸੂਰ ਦਾ ਤੇ ਜੋ ਜਾਨਦਾਰ ਮਸ਼ਹੂਰ ਕੀਤਾ ਗਿਆ ਅੱਲਾ ਜਿਵਾਹ ਹੋਰੀ ਦੇ ਨਾਮ ਅਲਮਤਾ ਭੋਖ ਨਾਲ ਜਿਹੜਾ ਲਾਚਾਰ ਹੋਇਆ ਨਾ ਬੇ ਹੁਕਮੀ ਕਰਦਾ ਤੇ ਨਾ ਹੱਦੋਂ ਲੰਘਦਾ ਤਾਂ ਜ਼ਰੂਰ ਅੱਲਾ ਬਖਸ਼ਨਾਰ ਮਿਹਰਬਾਨ ਨਾ ਕੋਈ ਚੂੜੋ ਉਸ ਚੀਜ਼ ਨੂੰ ਜਿਸ ਦਾ ਹੁਕਮ ਬਿਆਨ ਕਰ ਦਿਆ ਨੇ ਜ਼ੁਬਾਨਾਂ ਤੁਹਾਡੀਆਂ ਜੇ ਇਹ ਹਲਾਲ ਏ ਤੇ ਇਹ ਹਰਾਮ ਏ ਨਾ ਜੋੜੋ ਜਿਆ ਹੁਕਮ ਲਾ ਕੇ ਅੱਲਾ ਉੱਤੇ ਝੂਠ ਜਿਹੜੇ ਜੋੜਦੇ ਨੇ ਅੱਲਾ ਉੱਤੇ ਝੂਠ ਜ਼ਰੂਰ ਨਹੀਂ ਮੁਰਾਦ ਪਾਉਂਦੇ ਦੁਨੀਆ ਦਾ ਖਾਣਾ ਲੈਣਾ ਏ ਥੋੜਾ ਤੇ ਆਖਰਕਾਰ ਉਹਨਾਂ ਨੂੰ ਦੁੱਖ ਦੀ ਮਾਰ ਤੇ ਉਹਨਾਂ ਉੱਤੇ ਜਿਹੜੇ ਯਹੂਦੀ ਹੋਏ ਹਰਾਮ ਕੀਤਾ ਸੀ ਅਸਾਂ ਜੋ ਅਸੀਂ ਬਿਆਨ ਕਰ ਚੁੱਕੇ ਹਾਂ ਤੇਰੇ ਅੱਗੇ ਪਹਿਲਾਂ ਤੇ ਅਸੀਂ ਨਹੀਂ ਜ਼ੁਲਮ ਕੀਤਾ ਉਹਨਾਂ ਉੱਤੇ ਪਰ ਉਹ ਆਪਣੇ ਆਪ ਉੱਤੇ ਹੀ ਜ਼ੁਲਮ ਕਰਦੇ ਸਨ ਫਿਰ ਜ਼ਰੂਰ ਤੇਰਾ ਰੱਬ ਉਹ ਨਾ ਲਈ ਜਿਨਾ ਕੀਤੀ ਬੁਰੀਾਈ ਨਾਦਾਨੀ ਨਾਲ ਤੇ ਫਿਰ ਤੋਬਾ ਕੀਤੀ ਉਹਨੇ ਪਿੱਛੇ ਇਸ ਦੇ ਤੇ ਸਵਾਰਿਓ ਨੇ ਅਮਲ ਆਪਣਾ ਜ਼ਰੂਰ ਤੇਰਾ ਰੱਬ ਪਿੱਛੇ ਇਸ ਦੇ ਬਖਸ਼ਣ ਆਰ ਮਿਹਰਬਾਨ ਹੈ ਜ਼ਰੂਰ ਇਬਰਾਹੀਮ ਸੀ ਬਜ਼ੁਰਗ ਫਰਮਾਬਰਦਾਰ ਅੱਲਾ ਦਾ ਇੱਕ ਤਰਫਾ ਹੋ ਕੇ ਤੇ ਨਹੀਂ ਸੀ ਸ਼ਿਰਕ ਕਰਨ ਵਾਲਿਆਂ ਵਿੱਚੋਂ ਸ਼ੁਕਰਗੁਜ਼ਾਰ ਉਹਦੀਆਂ ਨੇਮਤਾਂ ਦਾ ਚੁਣਿਆ ਅੱਲਾ ਉਹਨੂੰ ਤੇ ਤੋਰਿਆ ਉਹਨੂੰ ਸਿੱਧੇ ਰਾਹ ਉੱਤੇ ਤੇ ਦਿੱਤੀ ਅਸਾਂ ਨੂੰ ਦੁਨੀਆ ਵਿੱਚ ਨੇਮਤ ਤੇ ਉਹ ਆਖਰਤ ਵਿੱਚ ਜ਼ਰੂਰੀ ਨੇਕ ਬਖਤਾ ਵਿੱਚੋ ਐ ਫਿਰ ਹੁਕਮ ਦੇ ਗਿਆ ਸੋ ਤੇਰੇ ਵੱਲ ਜੋ ਤੋਰ ਇਬਰਾਹੀਮ ਦੇ دین ਉੱਤੇ ਜੋ ਇੱਕ ਤਰਫਾ ਸੀ ਤੇ ਨਹੀਂ ਸੀ ਸ਼ਿਰਕ ਕਰਨ ਵਾਲਿਆਂ ਵਿੱਚੋਂ ਹਫਤਾ ਮਿਲਾਣਾ ਮਕਰਰ ਹੋਇਆ ਸੀ ਨੇੜਾ ਉਹਨਾਂ ਉੱਤੇ ਜਿਨ੍ਹਾਂ ਝਗੜਾ ਕੀਤਾ ਉਸ ਵਿੱਚ ਤੇ ਜ਼ਰੂਰ ਤੇਰਾ ਰੱਬ ਹੁਕਮ ਕਰੇਗਾ ਉਹਨਾਂ ਵਿੱਚ ਦਿਨ ਕਿਆਮਤ ਦੇ ਜਿਸ ਗੱਲ ਵਿੱਚ ਝਗੜਦੇ ਸਨ ਐ ਹਬੀਬ ਬਲਾਓ ਆਪਣੇ ਰੱਬ ਦੇ ਹਵਲ ਇੱਕ ਵਟ ਨਾਲ ਤੇ ਸੋਹਣੀ ਨਸੀਹਤ ਨਾਲ ਕਦੈ ਕਰੋ ਨਾਲ ਉਸ ਤਰ੍ਹਾਂ ਨਾਲ ਜੋ ਸੋਣੀ ਹੈ ਜ਼ਰੂਰ ਤੇਰਾ ਰਾਮੀ ਖੂਬ ਜਾਣਦਾ ਉਸ ਨੂੰ ਜਿਹੜਾ ਭੁੱਲਾ ਉਹਦੇ ਰਾਹ ਤੇ ਉਹ ਖੂਬ ਜਾਣਦਾ ਹੈ ਰਾਹ ਪਿਆ ਨੂੰ ਤੇ ਜੇ ਬਦਲਾ ਲਿਓ ਜੇ ਤਾਂ ਬਦਲਾ ਲੋ ਉਤਨੇ ਦੇ ਬਰਾਬਰ ਜਿੰਨੀ ਜ਼ਿਆਦਤੀ ਤੁਹਾਡੇ ਉੱਤੇ ਹੋਈ ਏ ਤੇ ਜੇ ਸਬਰ ਕਰੋ ਤਾਂ ਚੰਗੇ ਸਬਰ ਕਰਨ ਵਾਲਿਆਂ ਦੇ اے ਹਬੀਬ ਤੇ ਸਬਰ ਕਰੋ ਤੇ ਨਹੀਂ ਸਬਰ ਕਰਨਾ ਤੇਰਾ ਪਰ ਅੱਲਾਹ ਦੀ ਤੌਫੀਕ ਨਾਲ ਤੇ ਨਾ ਚੋਰੋ ਨਾ ਉੱਤੇ ਨਾ ਹੋ ਤੰਗੀ ਵਿਚੋਲਾ ਦੇ ਮਕਰ ਕਰਨੇ ਤੋਂ ਅੱਲਾ ਜ਼ਰੂਰ ਨਾ ਲੇ ਉਹਨਾਂ ਦੇ ਜਿਹੜੇ ਬੱਚੇ ਤੇ ਉਹ ਜਿਹੜੇ ਨੇ ਕੁਕਾਰਨੇ